बहुत इन्होंने लुट खो की अकाली कांग्रसियों ने जी, जो उम्मीद एक आम आदमी पार्टी तो सी, वो आम आदमी पार्टी खरी उतरूगी जी। इस बारे देखो जी, लोगों ने बड़ा आम आदमी पार्टी का साथ दिता, तो पंजाब दे विच पहली बार होया कि एक आम लोगों की सरकार बनी है। आम आदमी पार्टी ने एक मौका मंगया, लोगों ने दिता वा, तो आम आदमी पार्टी लोगों के नाल बिल्कुल बराबर खड़ूगी। ਸਿਕਾਲ ਜੀ ਸਿਕਲਾਨਾ ਟਾਈਮਸ ਮੈਂ ਸ਼ਿਵਪ੍ਰੀਤ ਕੌਰ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸੀ ਅਤੇ ਉਸ ਤੋਂ ਬਾਅਦ ਅੱਜ 10 ਮਾਰਚ ਨੂੰ ਉਸਦੇ ਨਤੀਜੇ ਜਿਹੜੇ ਨੇ ਹਲੇ ਵੀ ਕਾਊਂਟਿੰਗ ਚੱਲ ਰਹੀ ਹੈ ਅਤੇ ਆਮ ਆਦਮੀ ਪਾਰਟੀ ਦੇ ਆਉਂਦੇ ਚਾਂਸਿਸ ਲੱਗ ਰਹੇ ਨੇ ਅਤੇ ਜਿਹੜੀ ਹੈ ਝਾੜੂ ਪੂਰੀ ਤਰ੍ਹਾਂ ਫਿਰ ਚੁੱਕਿਆ ਹੈ ਅਤੇ ਹਰ ਜਗ੍ਹਾ ਲੀਡ ਜਿਹੜੀ ਆਮ ਆਦਮੀ ਪਾਰਟੀ ਨੇ ਚੱਕੀ ਹੋਈ ਹੈ ਅਤੇ ਆਪਾਂ ਅੱਜ ਰਸਤੇ ਜਾਂਦੇ ਹੋਏ ਦੇਖੇ ਕਿ ਆਮ ਆਦਮੀ ਪਾਰਟੀ ਦੇ ਕਾਫੀ ਸਪੋਰਟਰ ਜਿਹੜੇ ਨੇ ਇੱਥੇ ਨੇ। ਸਰ ਕਿੱਦਾਂ ਦਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ ਜੀ, ਲੋਕਾਂ 'ਚ ਬਦਲਾਅ ਦੀ ਸੀਗੀ ਉਮੀਦ ਜੀ, ਅੱਜ ਬਦਲਾਅ ਦਾ ਝਾੜੂ ਫੇਰਤਾ ਪੂਰੇ ਪੰਜਾਬ 'ਚ ਜੀ। ਬਹੁਤ ਇਹਨਾਂ ਨੇ ਲੁੱਟ ਖੋ ਕੀਤੀ ਆ ਅਕਾਲੀ ਕਾਂਗਰਸੀਆਂ ਨੇ ਜੀ, ਜੋ ਉਮੀਦ ਇੱਕ ਆਮ ਆਦਮੀ ਪਾਰਟੀ ਤੋਂ ਸੀ ਜੀ, ਉਹ ਆਮ ਆਦਮੀ ਪਾਰਟੀ ਖਰੀ ਉਤਰੂਗੀ ਜੀ। ਸਰ ਹਾਲੇ ਤੱਕ ਜਿਹੜਾ ਹੈ ਤਾਂ ਆਪਾਂ ਕਹਿ ਸਕਦੇ ਕਿ ਪੂਰੀ ਤਰ੍ਹਾਂ ਝਾੜੂ ਹਾਲੇ ਫਿਰਿਆ ਨਹੀਂ ਪਰ ਫਿਰ ਚੁੱਕਿਆ ਹੈ, ਠੀਕ ਹੈ, ਅਤੇ ਹਰ ਜਗ੍ਹਾ ਲੀਡ ਆਮ ਆਦਮੀ ਪਾਰਟੀ ਨਹੀਂ, ਹਰ ਹਲਕੇ ਵਿੱਚ ਆਮ ਆਦਮੀ ਪਾਰਟੀ ਦੀ ਹੀ ਸ਼ੋਰ ਹੈ ਅਤੇ ਤੁਹਾਡਾ ਕੀ ਕਹਿਣਾ ਕਿ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ ਨਾ? ਹਾਂਜੀ ਮੈਡਮ, ਹੁਣ ਕਲੀਅਰ ਹੀ ਹੋ ਗਿਆ ਜੀ, ਆਮ ਆਦਮੀ ਪਾਰਟੀ ਦੀ 90+ ਸੀਟਾਂ ਜਾਣਗੀਆਂ ਜੀ। ਇਸ ਲਈ ਲੋਕਾਂ 'ਚ ਵੀ ਬਹੁਤ ਖੁਸ਼ੀ ਆ ਜੀ, ਅਤੇ ਹਰ ਇੱਕ ਚਾਮਨਾ ਰਿਹਾ ਆਮ ਆਦਮੀ ਪਾਰਟੀ ਆਉਣ 'ਤੇ ਜੀ। ਅਤੇ ਭਗਵੰਤ ਮਾਨ ਤੋਂ ਕਿੱਦਾਂ ਦੀ ਉਮੀਦਾਂ ਕਰਦੇ ਹੋ ਤੁਸੀਂ ਸਾਰੇ? ਜਿੱਦਾਂ ਕਿ ਆਪਾਂ ਪਹਿਲਾਂ ਦਿੱਲੀ ਦੇ ਵਿੱਚ ਦੇਖਿਆ ਸੀਗਾ ਜੀ, ਵੀ ਦਿੱਲੀ ਦੇ ਵਿੱਚ ਕਹਿੰਦੇ ਸੀਗੇ ਵੀ ਸਾਰਿਆਂ ਨੂੰ ਪਹਿਲਾਂ ਬਦਲਾਅ ਲੋਕ ਦਿੱਲੀ ਦਿਆਂ ਨੇ ਕੀਤਾ, ਉੱਦਾਂ ਹੀ ਅੱਜ ਇੱਕ ਵਾਰੀ ਫਿਰ ਭਗਵੰਤ ਮਾਨ ਦੇ ਨਾਮ 'ਤੇ ਉਹਨਾਂ ਦੇ ਝੰਡੇ ਥੱਲੇ ਇਕੱਠੇ ਹੋ ਕੇ ਪੰਜਾਬੀਆਂ ਨੇ ਇੱਕ ਵਾਰੀ ਦੁਬਾਰਾ ਯਕੀਨ ਦਿਵਾਤਾ ਵੀ ਜਿਹੜਾ ਇਤਿਹਾਸ ਆ ਉਹ ਪੰਜਾਬ ਤੋਂ ਹੀ ਸਿਰਜਿਆ ਜਾਂਦਾ ਗਾ ਜੀ। ਅਤੇ ਹੁਣ ਸਾਨੂੰ ਉਮੀਦ ਆ ਵੀ ਭਗਵੰਤ ਮਾਨ ਜੀ ਆਪਣੇ ਇਹ ਰਵਾਇਤੀ ਪਾਰਟੀਆਂ ਨੂੰ ਪਿੱਛੇ ਛੱਡ ਕੇ ਪੰਜਾਬ ਦੇ ਲੋਕਾਂ ਦੇ ਬਦਲਾਅ ਦੀ ਗੱਲ ਕਰਨਗੇ, ਉਹਨਾਂ ਦੇ ਵਿਕਾਸ ਦਾ, ਹਰੇਕ ਗਰੀਬ ਵਰਗ ਤੋਂ ਲੈ ਕੇ ਉੱਪਰ ਚੱਕਣ ਦੀ ਉਮੀਦ ਆ ਜੀ, ਜਿਹੜੀ ਆਮ ਲੋਕਾਂ ਦੇ ਵਿੱਚ ਜਾਗੀ ਆ। ਤੁਹਾਨੂੰ ਕੀ ਲੱਗਦਾ ਕਿ ਲੋਕਾਂ ਨੇ ਜਿਹੜੇ ਵੋਟ ਪਾਏ ਨੇ ਉਹ ਕੇਜਰੀਵਾਲ ਨੂੰ ਦੇਖ ਕੇ ਪਾਏ ਨੇ ਕਿ ਭਗਵੰਤ ਮਾਨ ਨੂੰ ਦੇਖ ਕੇ ਵੋਟ ਪਾਏ ਨੇ? ਲੋਕਾਂ ਦੀ ਸੋਚ ਆ ਜੀ, ਜਿੱਥੋਂ ਤੱਕ ਪਹਿਲਾਂ ਦਿੱਲੀ ਮਾਡਲ ਆਪਣੇ ਤਿਆਰ ਹੋਇਆ ਜੀ, ਭਗਵੰਤ ਮਾਨ ਜੀ ਉਹਨਾਂ ਦੇ ਨਾਲ ਜੁੜੇ, ਕੁਛ ਭਗਵੰਤ ਮਾਨ ਜੀ ਨੇ ਜਿੱਦਾਂ ਕਿ ਆਪਣੇ ਪੰਜਾਬ ਦੇ ਵਿੱਚ ਕੰਮ ਕੀਤੇ ਆ, ਮਿਹਨਤ ਕੀਤੀ ਹੈਗੀ, ਤਾਂ ਲੋਕ ਦਿਲੋਂ ਚਾਹੁੰਦੇ ਸੀ ਵੀ ਭਗਵੰਤ ਮਾਨ ਜੀ ਸੀਐਮ ਕੈਂਡੀਡੇਟ ਹੋਣ, ਅਤੇ ਕਿਉਂਕਿ ਲੋਕਾਂ ਦਾ ਇੱਕ ਦਿਲੋਂ ਜੁੜਨਾ ਜੀ ਭਗਵੰਤ ਮਾਨ ਜੀ ਨਾਲ, ਜਿੱਦਾਂ ਕਿ ਉਹਨਾਂ ਦੇ ਬੋਲ ਨੇ ਉਹ ਸਾਰਿਆਂ ਦੇ ਕਰਕੇ, ਇਹ ਆਪਾਂ ਕਹਿ ਸਕਦੇ ਹਾਂ ਵੀ ਕਿਤੇ ਨਾ ਕਿਤੇ ਭਗਵੰਤ ਮਾਨ ਦਾ ਜੀ ਅਹਿਮ ਰੋਲ ਆ ਜੀ ਪੰਜਾਬ ਦੇ ਵਿੱਚ। ਸਰ ਤੁਹਾਡਾ ਕੀ ਕਹਿਣਾ ਇਸ ਬਾਰੇ? ਇਸ ਬਾਰੇ ਦੇਖੋ ਜੀ, ਲੋਕਾਂ ਨੇ ਬੜਾ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ, ਅਤੇ ਪੰਜਾਬ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਇੱਕ ਆਮ ਲੋਕਾਂ ਦੀ ਸਰਕਾਰ ਬਣੀ ਆ। ਲੋਕ ਬਹੁਤ ਦੂਜੀਆਂ ਪਾਰਟੀਆਂ ਤੋਂ ਔਕੇ ਹੋਏ ਸੀਗੇ, ਆਮ ਆਦਮੀ ਪਾਰਟੀ ਨੇ ਇੱਕ ਮੌਕਾ ਮੰਗਿਆ, ਲੋਕਾਂ ਨੇ ਦਿੱਤਾ ਵਾ, ਅਤੇ ਆਮ ਆਦਮੀ ਪਾਰਟੀ ਲੋਕਾਂ ਦੇ ਨਾਲ ਬਿਲਕੁਲ ਬਰਾਬਰ ਖੜੂਗੀ। ਸਰ ਜਿਵੇਂ ਕੇਜਰੀਵਾਲ ਜਦ ਵੀ ਪੰਜਾਬ ਆਉਂਦੇ ਸੀ ਉਹਨਾਂ ਵੱਲੋਂ ਗਰੰਟੀਆਂ ਦਿੱਤੀਆਂ ਜਾਂਦੀਆਂ ਸੀ ਕਿ ਤੁਹਾਨੂੰ ਲੱਗਦਾ ਹੁਣ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣੇਗੀ ਅਤੇ ਸਾਰੀਆਂ ਗਰੰਟੀਆਂ ਜਿਹੜੀਆਂ ਨੇ ਪੂਰੀਆਂ ਹੋਣਗੀਆਂ? ਦੇਖੋ, ਸਰਕਾਰ ਬਣੇਗੀ ਨਹੀਂ, ਸਰਕਾਰ ਬਣ ਚੁੱਕੀ ਆ, ਅਤੇ ਗਰੰਟੀਆਂ ਵੀ ਬਿਲਕੁਲ ਪਹਿਲ ਦੇ ਆਧਾਰ 'ਤੇ ਇਹਨਾਂ ਨੂੰ ਲਾਗੂ ਕੀਤਾ ਜਾਊਗਾ। ਇਹ ਕਾਂਗਰਸ ਜਾਂ ਅਕਾਲੀ ਦਲ ਵਾਲਾ ਕੰਮ ਨਹੀਂ ਹੈਗਾ ਵੀ ਵਾਅਦੇ ਕਰ ਦਿਓ ਅਤੇ ਭੁੱਲ ਜਾਓ, ਇਹ ਬਿਲਕੁਲ ਹੀ ਇਹਨਾਂ ਨੂੰ ਪੰਜਾਬ ਦੇ ਵਿੱਚ ਲਾਗੂ ਕਰਕੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ। ਦੇਖੋ, ਲੋਕਾਂ ਨੇ, ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ, ਸਾਡੀ ਰਾਏਕੋਟ ਦੀ ਸੀਟ ਵੀ ਅਸੀਂ ਬਿਲਕੁਲ ਬਹੁਤ ਵਧੀਆ ਮਾਰਜਨ ਨਾਲ ਜਿੱਤ ਰਹੇ ਹਾਂ। ਦੇਖੋ, ਲੋਕਾਂ ਦੇ ਵਿੱਚ ਜਿੱਦਾਂ ਇੱਕ ਹੈਗਾ ਵੀ ਇੱਕ ਨਵਾਂ ਬਦਲ ਲੋਕ ਭਾਲਦੇ ਸੀ, ਨਵਾਂ ਬਦਲ ਦਿੱਤਾ ਵਾ, ਅਤੇ ਜਿਹੜੀ ਖੁਸ਼ੀ ਦੀ ਗੱਲ ਆ, ਦੇਖੋ ਖੁਸ਼ੀ ਦੀ ਗੱਲ ਹੈਗੀ ਆ ਕਿਉਂਕਿ ਇੱਕ ਨੌਜਵਾਨਾਂ ਦੀ ਸਰਕਾਰ ਆਈ ਆ, ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ, ਸਾਡੇ ਭਗਵੰਤ ਮਾਨ ਮੁੱਖ ਮੰਤਰੀ ਬਣ ਰਹੇ ਆ ਪੰਜਾਬ ਦੇ, ਜੋ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਬਿਲਕੁਲ ਖਰੇ ਉਤਰਨਗੇ। ਆਮ ਆਦਮੀ ਪਾਰਟੀ ਜਿੰਦਾਬਾਦ, ਆਮ ਆਦਮੀ ਪਾਰਟੀ ਜਿੰਦਾਬਾਦ, ਭਗਵੰਤ ਮਾਨ ਜਿੰਦਾਬਾਦ, ਭਗਵੰਤ ਮਾਨ। ਤਾਂ ਇਹ ਨੇ ਆਮ ਆਦਮੀ ਪਾਰਟੀ ਦੇ ਸਪੋਰਟਰ, ਜਿਨ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਹਲੇ ਤੋਂ ਹੀ ਜਿਹੜਾ ਹੈ ਕਿੰਨੀ ਹੀ ਖੁਸ਼ੀ ਦੀ ਲਹਿਰ ਨਾਲ ਸਾਰੇ ਵੀ ਦੌੜੇ, ਕਿੰਨੇ ਐਕਸਾਈਟਿਡ ਨੇ ਸਾਰੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਪੰਜਾਬ ਵਿੱਚ ਬਣਨ ਵਾਲੀ ਹੈ ਅਤੇ ਜਿਹੜੀ ਹੈ ਇਹਨਾਂ ਦੇ ਅਕੋਰਡਿੰਗ ਤਾਂ ਸਰਕਾਰ ਬਣ ਚੁੱਕੀ ਹੈ ਕਿ ਬਦਲਾਵ ਜਿਹੜਾ ਹੈ ਪੰਜਾਬ ਨੂੰ ਚਾਹੀਦਾ ਸੀ ਉਹ ਆ ਚੁੱਕਿਆ। ਤੌਰ ਵਧੇਰੇ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ। ਮੈਂ ਸ਼ਿਵਪ੍ਰੀਤ ਕੌਰ, ਕੈਮਰਾਮੈਨ ਦੀਪਕ ਖੇਵਾ ਦੇ ਨਾਲ, ਲੁਧਿਆਣਾ ਟਾਈਮਸ।